साबित नहीं करना चाहता, दसना नहीं चाहता, शर्म महसूस करता है, छुपांदा है कि मेरा गुरु कौन है। जो गुरु गोपी अपना छुपी हुई गोपना कहने छुपी हुई चीज गोपनीय छुपी हुई चीज जेड़ा गुरु के रिश्ते नूं भी छुपांदा है, किसी को पता ना लग जाए मेरा गुरु कौन है। उनके बारे भी एक गल निश्चित कर देते, कह लगे जो गुरु गोपे अपना ते नर बुरियारी वो बहुत बुरा है, बहुत बुरा है, इन्ना बुरा है कि हर जीव तिनका दर्शन ना करिया। हर
फैसला गुरबाणी का है। सानू इस फैसले नू समझना ते सुनना क्यों जरूरी है, क्योंकि साढ़े सिर एक जिम्मेवारी है। वो जिम्मेवारी ये है कि असि गुरु दे सिख अखवाने हैं, होने भी है। सानू पता होवे कि साड़ी जिम्मेवारी की है। कह लगे बेमुख का मतलब यह है मुंह छुपा के लग जाना, मुंह न करना। सन्मुख ते बेमुख विच एहो ही फर्क है, क्योंकि गुरबाणी विच आए हुए जिहड़े लफज ने उन्हां नूं ही साड़ी अगवाई वास्ते सानू समझना जरूरी है। गुरु ने सन्मुख का लफ्ज वरत के भी समझाया, कह लगे जे को सिख सिख कोई जियो रहे गुर नाले, गुर के चरण हृदय ते आए अंतर आत्मा समाले। अगले पास लफज आप छाड़ सदा रहे पर में अपनी होम में अपनी शक्ति का प्रगटावा अपनी सोच छड़नी पड़ी। सब कुछ निर्भर गुरु से करना पड़ेगा। जे सन्मुख रहना, जे तू आखे मैं मर्जी अपनी भी वरता, मर्यादा अपनी भी वरता। मैं पिछले दिन की गल की थी, मैं हैरान हो गया जो उस लफ्ज में दोहराया सी थोड़े कि किसी चंगे विद्वान गुरसिख अखवाण वाले मिशनरी के लफज सन कि श्री गुरु ग्रंथ साहब की बाणी ते गुरु पंथ की बाणी रहत मर्यादा गुरु पंथ की बाणी उन्होंने बाणी की बराबरता रहती सी। मतलब तू यह भी समझना है कि मनुख भी कोई बाणी कह के साडे ते लागू कर सकता है। हालांकि गुरु ने एक फैसला किया सी, कहो मनुख ते क्या होया वे, पर उस पड़ गए। कहो मनुख ते क्या होया वे, हुण जे असीं आखीए भी गुरु ही तां एक मनुखी रूप विच सी, हालांकि एक गल गुरु ने तस्लीम नहीं की, आख दिता है
ਗੁਰੂ ਦੇ ਸੰਬੰਧ ਵਿੱਚ ਕਿ ਮਨੁੱਖ ਕਾ ਕਰ ਰੂਪ ਨਾ ਜਾਣ, ਉਹਨੂੰ ਮਨੁੱਖ ਨਾ ਸਮਝ, ਪਰ ਚਲੋ ਮੰਨ ਲਓ ਸਰੀਰ ਕਰਕੇ ਮਨੁੱਖ ਰੂਪ ਸੀ। ਪਰ ਕਿਹੜੀ ਅਜੀਬ ਗੱਲ ਹੈ, ਉਸ ਮਨੁੱਖ ਰੂਪ ਸਰੀਰ ਵਿੱਚ ਹੁੰਦਿਆਂ ਹੋਇਆਂ ਉਹ ਸਪਸ਼ਟ ਕਰਦਾ ਹੈ ਕਿ ਜੋ ਕੁਝ ਮੈਂ ਕਹਿ ਰਿਹਾ ਮੇਰੀ ਗੱਲ ਨਾ ਸੁਣ, ਇਹ ਮੇਰੀ ਸਮਝ ਕੇ ਬਿਲਕੁਲ ਨਾ ਸੁਣਿਓ। ਮੈਂ ਨਹੀਂ ਤੁਹਾਡੇ ਸਾਹਮਣੇ ਬੋਲ ਰਿਹਾ, ਤੁਸੀਂ ਆਖੋ ਇਹ ਦਰਸ਼ਨ ਸਿੰਘ ਬੋਲ ਰਹੇ, ਜਿਹੜੀ ਗੱਲ ਗੁਰਬਾਣੀ ਆਖਦੀ ਹੈ ਉਹ ਸਾਂਝੀ ਕਰੋ। ਤੇ ਗੁਰੂ ਵੀ ਮਨੁੱਖ ਜਾਮੇ ਵਿੱਚ ਉਹ ਹੈਗਾ, ਜਿਹੜੀ ਗੱਲ ਮੇਰਾ ਰੱਬ ਆਖਦਾ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨਾ, ਫਿਰ ਮਨੁੱਖ ਦੀ ਗੱਲ ਤਾਂ ਰਹੀ ਨਾ। ਗੁਰੂ ਆਖ ਰਿਹਾ ਨੇ ਇਸੇ ਲਈ ਕਹੋ ਮਨੁੱਖ ਤੇ ਕਿਆ ਪਿਆ ਹੋਇਆ, ਜੋਤਿਸ ਬਾਬੇ ਸੋਈ ਕਰਾਵੇ, ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਜੋਤਿਸ ਬਾਬੇ ਸੋਈ ਕਰੇ ਅਣਜਾਣਿਤ ਵਿਖਿਆ ਮੈਂ ਰਚੇ, ਜੇ ਜਾਣਿਤ ਆਪਣਾ ਬਚੇ ਭਰਮੇ ਭੂਲਾ, ਦੇਹ ਦੇ ਸਦਾਵੇ ਨਿਮਖ ਮੈਂ ਚਾਰ ਕੁੰਟ ਫਿਰਿਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ ਦੇਣ ਵਾਲਾ ਕੋਈ ਹੋਰ ਹੈ। ਗੁਰੂ ਆਖਦੇ ਭਰਿਆ ਮਨੁੱਖ ਕੀ ਟੇਕ ਬਿਰਥੀ ਸ਼ਬਦ ਆਸਰੇ ਛੱਡਵੇ, ਤੇ ਇੱਥੇ ਵੀ ਜੇ ਤੂੰ ਕਿਸੇ ਮਨੁੱਖ ਦਾ ਆਸਰਾ ਵੀ ਨਹੀਂ ਰੱਖ ਸਕਦਾ ਤੂੰ ਆਪਣਾ ਕਿਵੇਂ ਰੱਖ ਸਕਦਾ, ਤੂੰ ਵੀ ਤੇ ਮਨੁੱਖ, ਇੱਥੇ ਤੈਨੂੰ ਆਪ ਛੱਡ ਸਦਾ ਰਹੇ ਪਰਨੇ ਵਿਚਾਰੇ, ਗੁਰਬਿਨ ਅਵਰ ਨਾ ਜਾਣੇ ਕੋਲ। ਤੇ ਨਾਲ ਹੀ ਦੂਜੀ ਪੌੜੀ ਉੱਤੇ ਵੀ ਕਹਿ ਦਿੱਤਾ ਜੇ ਕੋ ਗੁਰ ਤੇ ਬੇਮੁੱਖ ਹੋਵੇ ਉਹ ਸਨਮੁੱਖ, ਬੇਮੁੱਖ ਵੱਖਰੀ ਵੱਖਰੀ ਗੱਲ। ਹੁਣ ਬੇਮੁੱਖ ਜਿਹੜਾ ਹੈ ਉਹ ਵੀ ਉਹ ਹੈ ਜਿਹੜਾ ਗੁਰੂ ਵੱਲੋਂ ਮੂੰਹ ਫੇਰਦਾ ਸਾਬਤ ਨਹੀਂ ਕਰਦਾ ਮੇਰਾ ਗੁਰੂ ਕੌਣ ਹੈ, ਪਿਤਾ ਸਾਹਮਣੇ ਆ ਜਾਏ, ਚਾਰ ਆਦਮੀਆਂ ਵਿੱਚ ਬੈਠਾ ਹੋਵੇ ਪੁੱਤਰ ਪਿਤਾ ਸਾਹਮਣੇ ਆ ਜਾਏ, ਤੇ ਇਸ ਲਈ ਮੂੰਹ ਦੂਜੇ ਪਾਸੇ ਕਰ ਲੈ, ਕਿਤੇ ਮੈਨੂੰ ਉੱਠ ਕੇ ਮੱਥਾ ਨੂੰ ਟੇਕਣਾ ਪਵੇ, ਸਿਰ ਨਾਲ ਝੁਕਾਉਣਾ ਪਵੇ, ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਏ ਇਹਦਾ ਪਿਤਾ ਹੈ, ਇਸ ਲਈ ਮੂੰਹ ਫੇਰ ਜਾਏ। ਜ਼ਿੰਮੇਵਾਰੀ ਇੱਕ ਹੈ, ਕਹਿਣ ਲੱਗੇ ਇੱਕ ਹੈ ਨਿਗੁਰਾ, ਇੱਕ ਹੈ ਬੇਮੁੱਖ, ਜਿਹੜਾ ਸਨਮੁੱਖ ਤੇ ਬੇਮੁੱਖ ਦੇ ਦਰਮਿਆਨ ਵਿੱਚ ਖਲੋਤਾ ਉਹ ਕੌਣ ਅੱਜ ਦੇ ਸ਼ਬਦ ਦੀ ਇੱਕ ਖਿਆਲ ਕਰਿਓ। ਅਧੂਰੀ ਕੋਈ ਚੀਜ਼ ਵੀ ਸੰਸਾਰ ਨੂੰ ਪਰਵਾਹ ਨਹੀਂ, ਉਹਦਾ ਲਾਭ ਕੋਈ ਨਹੀਂ, ਅਧੂਰੀ ਚੀਜ਼ ਦਾ ਲਾਭ ਨਹੀਂ ਹੁੰਦਾ ਕੋਈ ਫਾਇਦਾ। ਆਪਾਂ ਦਰਜੀ ਨੂੰ ਸੂਟ ਸੂਪਨਾ ਦੇ ਕੇ ਆਈਏ ਫਿਰ ਉਹ ਅੱਧਾ ਕੁ ਸੂਟ ਸੀ, ਬਾਇਕ ਬਾਂ ਲਾਵੇ ਕਜੇ ਨਾ ਲਾਈ ਹੋਵੇ, ਇੱਕ ਪੋਚਾ ਬਣਾਇਆ ਹੋਵੇ ਪਜਾਮੇ ਦਾ, ਇੱਕ ਨਾ ਬਣਾਇਆ ਹੋਵੇ ਤੁਹਾਨੂੰ ਦੇ ਜਾਏ ਉਹਦਾ ਕੋਈ ਲਾਭ ਹੈ, ਇਸ ਨਾਲ ਤਾਂ ਨਾ ਹੀ ਬਣਾਉਂਦਾ ਚੰਗਾ ਸੀ। ਘਰ ਦਾ ਮਕਾਨ ਬਣਾਉਣਾ ਹੋਵੇ, ਘਰ ਦਾ ਮਕਾਨ ਤੰਨੀਆਂ ਤੋਂ ਬੁਨਿਆਦਾਂ ਤੋਂ ਸ਼ੁਰੂ ਹੋ ਜਾਂਦੇ, ਨਕਸ਼ੇ ਵੀ ਬਣ ਜਾਂਦੇ ਉਸੇ ਨਕਸ਼ੇ ਮੁਤਾਬਕ, ਬੁਨਿਆਦਾਂ ਭਰੀ ਜਾਂਦੇ, ਬੁਨਿਆਦਾਂ ਭਰ ਲਏ, ਦੀਵਾਰਾਂ ਖੜੀਆਂ ਕਰ ਲਏ, ਛੱਤ ਨਾ ਪਾਵੇ ਤੇ ਤੁਹਾਨੂੰ ਚਾਬੀ ਦੇ ਜਾਏ, ਉਸ ਘਰ ਦਾ ਉਸ ਮਕਾਨ ਦਾ ਕੋਈ ਫਾਇਦਾ ਹੈ, ਕੋਈ ਉਹਦੇ ਚ ਰਹਿ ਸਕਦਾ? ਕੋਈ ਵੀ ਚੀਜ਼ ਸੰਸਾਰ ਦੀ ਅਧੂਰੀ ਜਿਹੜੀ ਹੈ ਉਹ ਕਿਸੇ ਕੰਮ ਨਹੀਂ। ਬੱਚਾ ਪੜ੍ਹਾਈ ਕਰਦਾ, 6 ਮਹੀਨੇ ਲਗਾਤਾਰ ਸਕੂਲ ਜਾਂਦਾ ਰਹੇ ਪਰ ਡਿਗਰੀ ਸੰਪੂਰਨ ਨਾ ਕਰੇ, ਉਸ ਪੜ੍ਹਾਈ ਦਾ ਉਹਨੂੰ ਕੋਈ ਫਾਇਦਾ ਹੈ? ਦੁਨੀਆਂ ਅੰਦਰ ਕੋਈ ਚੀਜ਼ ਅਧੂਰੀ ਨਹੀਂ ਛੱਡਣੀ, ਪੂਰੀ ਕਰਨੀ।
ਇੱਥੇ ਖਿਆਲ ਦੇ ਦਿੱਤਾ। ਕਹਿੰਦੇ ਨੇ ਦੁੱਖ ਇਸ ਗੱਲ ਦਾ ਹੈ ਕਿ ਮਨੁੱਖ ਸਿੱਖੀ ਤੇ ਗੁਰੂ ਦੇ ਦਰਮਿਆਨ ਵਿੱਚ ਵੀ ਅਧੂਰਾ ਬਣ ਲਿਆ। ਛੱਡ ਦੇ ਇਸ ਗੱਲ ਨੂੰ, ਚੰਗਾ ਕੋਈ ਆ ਜੇ ਤੇਰਾ ਨਹੀਂ ਮਨ ਬਣਦਾ, ਤੂੰ ਵਿਗੋੜਾ ਰਹਿਣਾ ਚਾਹੁੰਦਾ ਤਾਂ ਉੱਥੇ ਜਾ। ਪਰ ਜੇ ਸਿੱਖ ਬਣਨਾ, ਸਿੱਖ ਅਗਵਾਉਣਾ ਚਾਹੁੰਦਾ, ਇਸ ਲਈ ਮੈਂ ਇੱਕ ਵਾਰ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ, ਉੱਥੇ ਸਿਰਫ ਅਖਾਏ ਲਫ਼ਜ਼ ਹੈ, ਅਜੇ ਬਣੇ ਨਹੀਂ। ਕਹਿਣ ਲੱਗੇ ਜੇ ਤੂੰ ਅਖਵਾਉਣਾ ਵੀ ਚਾਹੁੰਦਾ ਤੇਰੇ ਲਈ ਕੋਈ ਸ਼ਰਤਾਂ ਨਹੀਂ। ਦੁੱਖ ਵਾਲੀ ਕੀ ਗੱਲ ਹੈ, ਉਹ ਇਹ ਕਿ ਅੱਧ ਵਿੱਚ ਫਿਰੇ ਮਨਮੁੱਖ ਵਿਚਾਰਾ, ਨਾ ਘਟਦਾ ਨਾ ਘਟਦਾ ਕਿ ਬਾਪਾ ਤੂੰ ਜੇ ਲੱਗਿਆ ਅਧਵਾਟੇ ਅਧੂਰਾ। ਤੇ ਕਹਿੰਦੇ ਨੇ ਅਧੂਰੇ ਦੀ ਨਿਸ਼ਾਨੀ, ਸਿੱਖ ਅਧੂਰਾ ਹੋਵੇ ਤੇ ਉਹਦੀ ਨਿਸ਼ਾਨੀ ਕੀ ਹੈ? ਇਸੇ ਸ਼ਬਦ ਦੀ ਅਗਲੀ ਲਾਈਨ ਪੜ੍ਹੋ, ਸਾਨੂੰ ਉਸ ਨਿਸ਼ਾਨੀ ਦਾ ਪਤਾ ਹੀ ਨਹੀਂ ਲੱਗਦਾ। ਸਤਿਗੁਰ ਨੇ ਬਾਣੀ ਚੱਕਿਆ, ਕਹਿਣ ਲੱਗੇ ਅੱਗੋਂ ਦੇ ਸਤ ਭਾਉ ਨਾ ਦਿੱਤੇ ਪਿੱਛੋਂ ਦੇ ਆਖਿਆ ਕੰਮ ਨਾ। ਜਦੋਂ ਕੋਈ ਵਕਤ ਹੋਵੇ ਕੋਈ ਪੁੱਛੇ ਤੇਰਾ ਗੁਰੂ ਕੌਣ ਹੈ, ਤੂੰ ਉਹਦੇ ਹੁਕਮਾਂ ਨੂੰ ਕਿਵੇਂ ਮੰਨਣਾ, ਉੱਥੇ ਚੁੱਪ ਕਰ ਲੈ, ਉੱਥੇ ਸੱਤ ਭਾਉ ਸੱਚਾਈ ਸਾਹਮਣੇ ਨਾ ਲਿਆਵੇ। ਪਰ ਜਦੋਂ ਵਕਤ ਲੰਘ ਜਾਏ ਆਖੇ ਮੈਂ ਗੁਰੂ ਦਾ ਸਿੱਖ ਹਾਂ, ਆ ਵੇਖ ਲਓ ਮੈਂ ਕਿਰਪਾਨ ਪਾਈ ਹੋਈ, ਆ ਵੇਖ ਲਓ ਮੈਂ ਦਸਤਾਰ ਸਜਾਈ ਹੋਈ, ਦੇਖੋ ਮੈਂ ਰੋਜ਼ ਗੁਰਦੁਆਰੇ ਜਾਣਾ, ਲੰਗਰ ਵਿੱਚ ਜਾ ਕੇ ਬਰਤਨ ਵੀ ਮਾਂਜ ਰਿਹਾ, ਮੈਂ ਗੁਰਦੁਆਰਾ ਹੱਡ ਬੀਤੀਆਂ ਹੋਈ ਗੱਲ। ਜਦੋਂ ਪਿਛਲੇ ਦਿਨਾਂ ਵਿੱਚ ਮਸਲਾ ਇਹ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੇਲੇ ਵੋਟਰ ਕੌਣ ਹੋ ਗਏ, ਵੋਟਰ ਕੌਣ, ਬੜੀ ਦੇਰ ਚੱਲਿਆ ਤੇ ਅਜੇ ਤੱਕ ਵੀ ਉਹ ਕੇਸ ਚੱਲ ਰਿਹਾ, ਕਿਉਂਕਿ ਮਸਲਾ ਇਹ ਸੀ ਕਿ ਇਹ ਵੋਟਰ ਸਹਿਜਧਾਰੀ ਹੋਵੇ ਕਿ ਨਾ ਹੋਵੇ, ਸਹਿਜਧਾਰੀ ਵੋਟਾਂ ਬਣਾਉਣ ਦਾ ਮਸਲਾ ਸੀ। ਹੁਣ ਸਹਿਜਧਾਰੀ ਦੀ ਪਛਾਣ ਕਿਵੇਂ ਹੋਵੇ ਗੁਰੂ ਵਾਲਾ? ਪਤਾ ਚਲੋ ਸਿੱਖ ਤਾਂ ਆਖੇਗਾ ਵੀ ਮੈਂ ਦਸਤਾਰ ਸਜਾਈ ਹੋਈ ਹੈ, ਮੈਂ ਤੁਹਾਡਾ ਪ੍ਰਕਾਸ਼ ਚੁੱਕਿਆ ਹੋਇਆ, ਮੈਂ ਕਿਰਪਾਨ ਪਾਈ, ਰੂਪ ਬਣਾਇਆ ਹੋਇਆ, ਉਹ ਰੂਪ, ਉਹ ਰੂਪ ਦਾ ਨਜਾਇਜ਼ ਭਾਵੇਂ ਫਾਇਦਾ ਉਠਾ ਲਿਆ, ਪਰ ਆਖ ਤਾਂ ਸਿੱਖਦਾ ਨਹੀਂ, ਇੱਕ ਪ੍ਰੂਫ ਬਣ ਗਿਆ ਸੀ ਜਿਹੜਾ ਇਹ ਲਿਖ ਕੇ ਦੇ ਦੇਵੇ ਮੈਂ ਵੀ ਗੁਰਦੁਆਰੇ ਜਾਣਾ ਜੀ, ਮੈਂ ਗੁਰਦੁਆਰੇ ਜਾਣਾ, ਮੈਂ ਗੁਰਦੁਆਰੇ ਮੱਥਾ, ਬਸ ਉਸ ਇਹਦਾ
ਮਤਲਬ ਇੰਨੀ ਕੁ ਚੀਜ਼ ਜਿਹੜੀ ਹੁਣ ਦਰਮਿਆਨ ਵਿੱਚ ਆ ਗਈ, ਅੰਦਰ ਤਾਂ ਕਿਸੇ ਨੇ ਦੇਖਿਆ ਹੀ ਨਹੀਂ, ਗੁਰਦੁਆਰੇ ਜਾਂਦਾ ਦੇਖਿਆ, ਚਲੋ ਮੰਨ ਲਓ ਅੱਜ ਕੱਲ੍ਹ ਤਾਂ ਦਿਖਾਵੇ ਦੀਆਂ ਫੋਟੋਆਂ ਵੀ ਬਣ ਜਾਂਦੀਆਂ, ਪ੍ਰੂਫ ਲੈ ਜਾਂਦੇ। ਪਰ ਗੁਰੂ ਨੇ ਇਹ ਫੈਸਲਾ ਨਾ ਜਾਣ ਦਾ ਦਿੱਤਾ, ਬਲਕਿ ਜਾਣ ਦਾ ਫੈਸਲਾ ਬੜਾ ਗੰਭੀਰ ਇੱਕੋ ਲਾਈਨ ਵਿੱਚ ਦੇ ਦਿੱਤਾ। ਕਹਿੰਦੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਿੱਖ ਅਦਵਾਟੇ ਕਿਵੇਂ ਨੇ। ਅਦਵਾਟੇ ਜਿਹੜਾ ਹੋਵੇ ਉਹਨੂੰ ਕਦੀ ਸਿੱਖ ਨਾ ਆਖੋ, ਮਨਮੁੱਖ ਆਖੋ। ਕਹਿਣ ਲੱਗੇ ਅੱਗੋਂ ਦੇ ਅੱਗੋਂ ਦੀ ਚੈ ਸਤ ਉਹਨਾਂ ਦੀ ਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਅੱਧ ਵਿੱਚ ਫਿਰੇ ਮਨਮੁੱਖ ਵਿਚਾਰਾ ਉਹ ਅਦਵਾਟੇ ਪਿਆ ਫਿਰਦਾ। ਕਿਉਂਕਿ ਗੱਲਾਂ ਨਾਲ ਸਿੱਖ ਬਣਨਾ ਚਾਹੁੰਦਾ, ਗੱਲਾਂ ਨਾਲ ਸਾਬਤ ਕਰਨਾ ਚਾਹੁੰਦਾ ਕਿ ਮੈਂ ਸਿੱਖ ਹਾਂ। ਪਰ ਕਹਿੰਦੇ ਨੇ ਨਿਸ਼ਾਨੀ ਹੁੰਦੀ ਕੀ ਹੈ ਜੀ, ਇੱਕੇ ਲਾਈਨ ਵਿੱਚ ਸਾਰਾ ਫੈਸਲਾ ਦਿੱਤਾ ਹੈ। ਕਹਿੰਦੇ ਜਿੱਥੇ ਲਫ਼ਜ਼ ਸਨ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਅੰਦਰ ਪ੍ਰੀਤ ਨੇ ਸੁਗਤ ਬਣੀ ਤਾਂ ਇੱਕ ਹੋਰ ਸ਼ਬਦ ਹੈ ਜਿਨਕੋ ਪ੍ਰੀਤ ਨਹੀਂ ਹਰ ਖੇਰੀ ਸਤਿਗੁਰ ਕੀ ਤੇ ਮਨਮੁਖ ਗਰਭ ਗਲੰਡ ਹੈ ਕਹਿਣ ਲੱਗੇ ਉਹਨਾਂ ਦੀ ਹਾਲਤ ਕੀ ਹੈ ਜੋ ਪਾਣੀ ਕਾਗਜ਼ ਬਿਨਸ ਜਾਤਾ ਹੈ ਜਿਵੇਂ ਪਾਣੀ ਦੇ ਸਾਹਮਣੇ ਕਾਗਜ਼ ਦੀ ਕੋਈ ਹੋਂਦ ਨਹੀਂ ਪਾਣੀ ਦੀ ਛੋਹ ਨਾਲ ਕਾਗਜ਼ ਬਿਨਸ ਜਾਂਦਾ ਹੈ ਉਹਦੀ ਕੋਈ ਸ਼ਕਤੀ ਨਹੀਂ ਸਾਬਤ ਰਹਿ ਸਕਦੀ ਗੁਰੂ ਕਹਿੰਦੇ ਨੇ ਜਿਸ ਕੋ ਜਿਹਦੇ ਅੰਦਰ ਰੱਬ ਦੀ ਪ੍ਰਭੂ ਦੀ ਗੁਰੂ ਦੀ ਪ੍ਰੀਤ ਨਹੀਂ ਉਹਦੇ ਜੀਵਨ ਦੇ ਜਿੰਨੇ ਵੀ ਉਹ ਕਰਮ ਕਰ ਲਵੇ ਜੇ ਬਿਨਾਂ ਪ੍ਰੀਤੀ ਕਰਕੇ ਜੇ ਪ੍ਰੀਤ ਨਹੀਂ ਗੁਰੂ ਨਾਲ ਬਿਨਾਂ ਪ੍ਰੀਤ ਤੋਂ ਕਰ ਰਿਹਾ ਭਾਵੇਂ ਉਹ ਹੰਡ ਪਾਠ ਕਰਾ ਰਹੇ ਭਾਵੇਂ ਗੁਰਦੁਆਰੇ ਜਾ ਕੇ ਲੰਗਰ ਚਲਾ ਜੋ ਕੁਝ ਵੀ ਕਰ ਰਿਹਾ ਜੇ ਪ੍ਰੀਤ ਤੋਂ ਬਿਨਾਂ ਕਰ ਰਿਹਾ ਤੋ ਮਾਨੋ ਉਹ ਕੀਤੇ ਹੋਏ ਕਰਮ ਇੱਕ ਕਾਗਜ਼ ਦੇ ਪਾਣੀ ਦੀ ਸਤਾ ਤੇ ਟਿਕ ਜਾਣ ਵਾਂਗੂ ਨੇ ਗੱਲ ਜਾਣ ਗਏ ਉਹਨਾਂ ਦੀ ਕੋਈ ਬੋਧ ਨਹੀਂ ਸਾਹਮਣੇ ਪਾਣੀ ਹੈ ਮਨੁੱਖ ਇਹਨਾਂ ਕਰਮ ਕਾਂਡਾਂ ਨੂੰ ਧਰਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣੇ ਆਪ ਨੂੰ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਮੈਂ ਸਿੱਖ ਹਾਂ ਮੈਂ ਮਨੁੱਖ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਜੋ ਪਾਣੀ ਕਾਗਜ਼ ਬਿਨਸ ਜਾਤ ਹੈ ਤੇ ਮਨਮੁੱਖ ਗਰਭ ਕਰਾਂਡ ਹੈ ਸਤਿਗੁਰੂ ਕਹਿੰਦੇ ਨੇ ਭਲਿਆ ਇਸ ਲਈ ਅਦਵਾਟੇ ਨਾ ਰਹੇ ਅਦਵਾਟੇ ਦੀ ਨਿਸ਼ਾਨੀ ਕੀ ਹੈ ਆਪਣੇ ਤੋਂ ਕਹੀ ਸੀ ਮਨਮੁਖ ਅਹੰਕਾਰੀ ਮਹਿਲ ਨਾ ਜਾਣੇ ਉਹ ਮੰਜ਼ਿਲ ਕੋਈ ਨਹੀਂ ਮਿਲਦੀ ਅਦਵਾਟੇ ਦਾ ਅਰਥ ਹੀ ਅਧੂਰਾ ਹੈ ਆਦ ਵਿਚਾਰੇ ਪਿਛਲੇ ਦਿਨ ਬਾਬਾ ਕਬੀਰ ਜੀ ਲਈ ਸਲੋਕ ਆਇਆ ਸੀ ਜਿਹਦੇ ਵਿੱਚ ਲਫ਼ਜ਼ ਸਨ ਵੀ ਮੈਂ ਘਰ ਤੋਂ ਨਿਕਲਿਆ ਸਾਂ ਰੱਬ ਨੂੰ ਮਿਲਣ ਵਾਸਤੇ ਤੇ ਅਦਵਾਟੇ ਕਿਵੇਂ ਰਹਿ ਗਿਆ ਬਹੁਤ ਸਾਰੇ ਚੇਲੇ ਮੈਨੂੰ ਚਾਰ ਚੁਫੇਰੇ ਨਜ਼ਰ ਆਏ ਮੈਂ ਉਹਨਾਂ ਵਿੱਚ ਪ੍ਰਵਿਰਤ ਹੋ ਕੇ ਜਿਹੜਾ ਜਿਹੜੀ ਮੰਜ਼ਿਲ ਲੈ ਕੇ ਜਿਸ ਔਰ ਨੂੰ ਲੈ ਕੇ ਘਰੋਂ ਤੁਰਿਆ ਸਾਂ ਉੱਥੇ ਤੱਕ ਪਹੁੰਚਿਆ ਰਸਤੇ ਵਿੱਚ ਹੀ ਰੁਕ ਗਿਆ
ਸਿੱਖਾਂ ਦਾ ਬਹੁਤ ਹੀ ਬਾਬਾ ਕੀ ਦੀ ਰਸੋਈ ਸਿੱਖਾਂ ਦਾ ਬਹੁਤ ਹੀ ਕੇ ਸੋਤੀ ਉਹ ਚਾਲੇ ਤੇ ਹਰ ਮਿਲਨ ਕੋ ਵਿਚੇਟ ਕੇ ਚੋ ਵਿਚ ਰੁਕਦੀ ਅਧਵਾਟੇ ਰਹਿ ਗਏ ਜਿਸ ਨੂੰ ਕੋਈ ਮੰਜ਼ਿਲ ਨਾ ਮਿਲੇ ਉਹਨੂੰ ਕਹਿੰਦੇ ਨੇ ਅਧਵਾਟੇ ਰਹਿ ਜਾਣਾ ਘਰ ਦਾ ਮਕਾਨ ਤੇ ਗੁਰੂ ਕਹਿੰਦੇ ਨੇ ਜੇ ਤੇਰੇ ਮਨ ਅੰਦਰ ਗੁਰੂ ਦੀ ਪ੍ਰੀਤ ਨਹੀਂ ਪੈਦਾ ਹੋਈ ਅਜੇ ਦਰਮਿਆਨ ਵਿੱਚ ਕੋਈ ਸ਼ੰਕਾ ਖਲੋਤਾ ਹੈ ਕੋਈ ਭਰਮ ਖਲੋਤਾ ਹੈ ਗੁਰੂ ਲਈ ਵੀ ਤੇਰੇ ਮਨ ਅੰਦਰ ਕੋਈ ਭਰਮ ਖਲੋਤਾ ਹੈ ਤਾਂ ਸਮਝ ਲੈ ਤੂੰ ਅਧਵਾਟੇ ਖਲੋਤਾ ਹੈ ਇਸ ਲਈ ਲੋਕ ਵਰਤਦੇ ਕਹਿਣ ਲੱਗੇ ਅੱਧ ਵਿੱਚ ਫਿਰੇ ਮਨਮੁੱਖ ਵਿਚਾਰਾ ਗੱਲੇ ਕਿਉਂ ਸੁੱਖ ਪਾਵੇ ਅਗਲੇ ਲਾਈਨ ਅੰਦਰ ਦੇਖਿਓ ਕਿਹੜਾ ਸਪਸ਼ਟ ਲਫ਼ਜ਼ ਹੈ ਕਹਿੰਦੇ ਨੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਕੀ ਹੋਏਗਾ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਪ੍ਰਭ ਨਜ਼ਰੀ ਆਵੇ ਦਰਮਿਆਨ ਵਿੱਚ ਕੁਛ ਨਹੀਂ ਰਹਿ ਗਿਆ ਕੋਈ ਸ਼ੰਕਾ ਨਹੀਂ ਰਹਿ ਗਿਆ ਸਤਿਗੁਰ ਬਾਣੀ ਵਿੱਚ ਇਹ ਲਫ਼ਜ਼ ਆਖੇ ਕਹਿਣ ਲੱਗੇ ਪਾਰ ਬ੍ਰਹਮ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਜਿਸ ਦਿਨ ਗੁਰੂ ਅਕਾਲ ਪੁਰਖ ਰਹਿਮਤ ਕਰੇ ਤੂੰ ਸੰਪੂਰਨ ਸਿੱਖ ਦੇ ਰੂਪ ਵਿੱਚ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠ ਜਾਏ ਉਸ ਦਿਨ ਤੈਨੂੰ ਇਹ ਵੀ ਸ਼ੰਕਾ ਨਹੀਂ ਰਹੇਗਾ ਗੁਰੂ ਕੌਣ ਹੈ ਗੁਰੂ ਵਿੱਚ ਕੀ ਬਰਕਤ ਹੈ ਗੁਰੂ ਦੀ ਗੁਰੂ ਵਿੱਚ ਕੀ ਸਮਰੱਥ ਹੈ ਫਿਰ ਤੈਨੂੰ ਵਿਸ਼ਵਾਸ ਹੋ ਜਾਏਗਾ ਕਿ ਮੇਰਾ ਗੁਰੂ ਜਿਹੜਾ ਹੈ ਉਹ ਪਾਰ ਬ੍ਰਹਮ ਹੈ ਬਸ ਮੈਨੂੰ ਹੋਰ ਕਿਸੇ ਵੱਖਰੇ ਪਾਰ ਬ੍ਰਹਮ ਦੀ ਲੋੜ ਨਹੀਂ ਪਾਰ ਬ੍ਰਹਮ ਕੋਲ ਨਾ ਹੀ ਭੇਦ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਜ਼ਰੀਆਂ ਪੈ ਤਾਂ ਉਸ ਦਿਨ ਤੈਨੂੰ ਸਤਿਗੁਰੂ ਪਾਰ ਬ੍ਰਹਮ ਰੱਬ ਦੇ ਰੂਪ ਵਿੱਚ ਦੱਸੇਗਾ ਕਿ ਮੇਰਾ ਰੱਬ ਇਹ ਹੋਈ ਹੁਣ ਆਪਣੇ ਹਿਰਦੇ ਵਿੱਚ ਆ ਮਾਰ ਗਿਆ ਅਸੀਂ ਸਿੱਖ ਅਖਵਾਉਂਦੇ ਹਾਂ ਗੁਰੂ ਨਾਲ ਸਾਡਾ ਰਿਸ਼ਤਾ ਵੀ ਹੈ ਇੱਥੇ ਆ ਕੇ ਸਿਰ ਵੀ ਝੁਕਾਉਂਦੇ ਹਾਂ ਬਾਣੀ ਪੜ੍ਹਨੇ ਜਿਹੜੀ ਬਾਣੀ ਅੱਜ ਆਪਾਂ ਸਾਂਝੀ ਕਰ ਰਹੇ ਹਾਂ ਇਹ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਅਨੰਦ ਸਾਹਿਬ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਇਹ ਗੱਲ ਵੱਖਰੀ ਹੈ ਕਿ ਅਸੀਂ ਆਪਣੀ ਲੋੜ ਮੁਤਾਬਕ ਉਸ ਨੂੰ ਸੰਖੇਪ ਕਰਕੇ 6 ਪੌੜੀਆਂ ਤੇ ਲੈ ਆਉਂਦਾ ਕਦੀ ਸੰਪੂਰਨ ਅਨੰਦ ਸਾਹਿਬ ਪੜ੍ਹੇ ਕਿਉਂ ਛੱਡੀ ਜਾ ਰਹੇ ਉਹਦੇ ਕਾਰਨ ਕਿੱਥੇ ਲਿਖਿਆ ਹੋਇਆ ਦਿਖਾਓਗੇ ਕਿਸੇ ਇਤਿਹਾਸ ਵਿੱਚ ਕਿ ਗੁਰੂ ਨੇ ਹੁਕਮ ਕੀਤਾ ਹੋਵੇ ਨਹੀਂ ਪੂਰਾ ਆਨੰਦ ਸਾਹਿਬ ਨਹੀਂ ਪੜ੍ਹਨਾ ਕੇਵਲ 6 ਪੌੜੀਆਂ ਪੜ੍ਹਨੀਆਂ ਨੇ ਦੱਸੋ ਕਿਸੇ ਹਿਸਟਰੀ ਵਿੱਚ ਵੀ ਗੁਰੂ ਨੇ ਹੁਕਮ ਕੀਤਾ 6 ਪੌੜੀਆਂ ਸਿਰਫ ਪੜ੍ਹਨੀਆਂ ਨੇ ਅਸਲ ਸਾਡੀ ਆਪਣੇ ਸਮੇਂ ਦੀ ਥੁੜ ਅਤੇ ਇੱਕ ਹੋਰ ਚੀਜ਼ ਕਿਉਂਕਿ ਜਿਵੇਂ ਸਾਰਾ ਸੁਖਮਨੀ ਸਾਹਿਬ ਜਿਹੜਾ ਉਹਦੀ ਹਰ ਪੌੜੀ ਉਹਦੇ ਹਰ ਇੱਕ ਅਸ਼ਟਪਦੀ ਦਾ ਆਪਣਾ ਥੀਮ ਹੈ ਆਪਣਾ ਥਾਟ ਹੈ ਉਹਦੇ ਵਿੱਚ ਆਪਣਾ ਮੈਸੇਜ ਹੈ ਇਸੇ ਤਰ੍ਹਾਂ ਕਦੀ ਤੁਸੀਂ ਆਨੰਦ ਸਾਹਿਬ ਨੂੰ ਛਾਪਦੇ ਹੋ ਇਹ ਜਿਹੜੀਆਂ 40 ਪੌੜੀਆਂ ਨੇ ਨਾ ਆਨੰਦ ਸਾਹਿਬ ਦੀਆਂ ਸਿਰਫ ਇਹਨਾਂ ਨੂੰ ਤੁਸੀਂ ਵੱਖ ਵੱਖ ਰੂਪ ਵਿੱਚ ਚੰਗੀ ਤਰ੍ਹਾਂ ਇੱਕ ਪੌੜੀ ਰੋਜ਼ ਦੀ ਵਿਚਾਰ ਕੇ ਦੇਖ ਲਓ ਜ਼ਰੂਰੀ ਨਹੀਂ ਕਿ 6 ਪੜ੍ਹਨੀਆਂ ਨੇ ਜਾਂ 40 ਪੜ੍ਹਨੀਆਂ ਨੇ ਮੈਂ ਇਹ ਵੀ ਨਹੀਂ ਕਹਿੰਦਾ ਇਹ ਪਾਬੰਦੀ ਵੀ ਲਾਉਂਦਾ ਵੀ 6 ਜਾਂ 40 ਸਵਾਲ ਹੈ ਤੁਸੀਂ ਇੱਕ ਪੌੜੀ ਬੇਸ਼ੱਕ ਰੋਜ਼ ਦੀ ਪੜ੍ਹੋ ਲੇਕਿਨ ਸਾਰੀਆਂ ਪੌੜੀਆਂ ਸਾਨੂੰ ਪਤਾ ਹੋਵੇ ਗੁਰੂ ਨੇ ਗੁਰੂ ਤੀਜੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਇੱਕ ਪੌੜੀ ਅੰਦਰ ਕੀ ਕੀ ਬਖਸ਼ਿਸ਼ ਕੀਤੀ ਜੇ ਅਸੀਂ ਸਾਰੀਆਂ ਪੌੜੀਆਂ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਤਾਂ ਸਾਨੂੰ ਪਤਾ ਲੱਗੇਗਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਟੁੱਕੇ ਤਾਂ ਅਸੀਂ ਪੜ੍ਹਦੇ ਨਹੀਂ ਦੱਸੋ ਸਾਰੀ ਉਹ ਵੀ ਸਿੱਖੋਗੇ ਜਿਹਨੇ ਸਾਰੀ ਜ਼ਿੰਦਗੀ ਅੰਦਰ ਇਹ ਪੌੜੀਆਂ ਨਹੀਂ ਪੜੀਆਂ ਕਿਉਂਕਿ ਰੋਜ਼ ਉਹ ਇੰਨਾ ਸਮਝ ਕੇ ਆਨੰਦ ਵਿੱਚ ਨੇ ਕਿ ਅਸੀਂ 5 ਪੌੜੀਆਂ ਆਨੰਦ ਸਾਹਿਬ 6 ਪੌੜੀਆਂ ਆਨੰਦ ਸਾਹਿਬ ਸੁਣ ਸਾਨੂੰ 6 ਪੌੜੀਆਂ ਤੱਕ ਸੀਮਿਤ ਕਰ ਦਿੱਤਾ ਗਿਆ ਗੁਰਬਾਣੀ ਦਾ ਹਰ ਹਿੱਸਾ ਸਾਡਾ ਗੁਰੂ ਨਾਲ ਇੱਕ ਰਿਸ਼ਤਾ ਕਾਇਮ ਕਰਦਾ ਹੈ ਤੇ ਮੈਂ ਚਾਹੁੰਦਾ ਇਹ ਹੀ ਮੈਂ ਅੱਜ ਮੈਸੇਜ ਦੇਣਾ ਚਾਹੁੰਦਾ ਸਾਂ ਕਿ ਹਰ ਰੋਜ਼
आनंद साहब की एक पौड़ी चंगी तरह विचार के जरूर याद करो। जो एक पौड़ी असि विचार लीए सू 40 दिन पता लग जाएगा जीवन का हर पहलू तीजे पातशाह गुरु अमरदास पातशाह जी ने सवारन लई केवल ते केवल आनंद साहब के अंदर ही कि हुक्म किए। और फिर ये नहीं गल भी एक पक्ष रख्या हो स्पष्ट करने लिए कहता सतगुरु बिना होर कच्ची है बाणी, बाणी तो कच्ची सतगुरु बन जाओ होर कच्ची बाणी कह जे पता सानू सारिया पौड़ियां विश्वास न समझ के पढ़निया आ जाने हिरदे फिर सानू क्यों लंबा रहेगा कि श्री गोबिंद साहब बिना सी होर कि बाणी पढ़नी किसी को क्यों पूछांगे कोई सानू किवें बरगलाएगा कोई सानू किवें गुमराह करेगा सानू बारुख तो जवाब लैन की लोड़ ही नहीं। इसलिए केवल तो केवल ये 40 पौड़ियां जरूर समझ के हिरदे विच धारण करने लई जे साडे जीवन का हिस्सा ने इहनूं कदी वेख्यो ये हर पहलू नूं शरीर को सवार वखरा समझाया अखां नूं वखरा समझाया मूंह नूं वखरा रसना वखरा समझाया कि गल एक कोई पक्ष कोई पहलू ऐसा गुरु की जे पातशाह गुरु अमरदास साहब ने नहीं छड़िया जिहड़ा जीवन का पक्ष अधूरा रह जाए क्योंकि गुरु महसूस करते ने सिख नूं अधूरा नहीं छड़ना कितने अद्ध विच फिरे मनमुख विचारां ना रह जाए जीवन की मंजिल कितने अधूरी ना रह जाए कितने इहनूं इह पता ही ना होवे भी आ भी चीज सिख लई जरूरी है नहीं तो सिख अधूरा है आ भी चीज शब्द की है गुरु का शब्द रतन है हीरे जित जड़ाओ शब्द रत जित मन लोगा ए आवाज सुभाओ शब्द सेती मन मिलिया सच्चे लाया भाव कोई पहलू ऐसा नहीं जीवन का सिख दे जीवन का जेड़ा आनंद साहब विच नहीं आया। इसलिए आनंद साहब नूं संपूर्ण रूप विच समझना ते जीवन नूं इहदे सामने सन्मुख करना विश्वास करियो अपना अधूरापन खत्म करके संपूर्ण मंजिल दे वल वधन दा एक तरीका है एक वसीला है। ते गुरु ये गल समझाना चाहते ने कहते ने भरिया वो जिहड़ी रब नाल प्रभु नाल गुरु नाल प्रीत दा मसला है ना वो ही इन्हां सब विच पूरा हो जाता है कोई पक्ष नहीं छड्डिया। आखिर ते आ गए फैसला दे दित्ता ना आपां आखिरी पौड़ी तों पढ़ने अनुसलोड़ भागियो सगल मनोरथ पूरे पार ब्रह्म प्रपाया सगल विसूरे दुख रोग संताप उतरे सुनी सच्ची बाणी इत्थे फिर फैसला देता रुक रुक के ना अधूरा रह गया फिर वो सच्ची बाणी छड़ के गल पहला दस दिता सच्ची बाणी की बाणी तक कच्ची सतगुरु बाणी गावो सच्ची बाणी बाणी तो गावो गुरु केरी इथे कहता दुख रूप संताप उतरे सुनी सच्ची बाणी आपे अंधेरा दूर हो गया आपे मनुख दा रस्ता साफ हो गया जे केवल आपां आनंद साहिब नूं संपूर्ण समझिए। अज ये बेनती करना चाहता सर अपने जीवन नूं अधूरा ना छड़िए सानूं लोग गुमराह ना कर सकन इस वेले हालात ये पैदा होए हुए ने हर गोशत ते हर चौक विच कोई ना कोई वो बैठा है जिहड़ा सानूं गुमराह करके गुरु नालों तोड़ रहा है। सिखी दी असल मंजिल जिहड़ी साडे लई गुरु ने तैयार कीती सी ओह सी भुल रहे हां ते जे असीं उस मंजिल वल वधना है अधवाटे नहीं रहना तो सानूं जरूरी है कि असीं आनंद साहिब दी 40 पौड़ियां तां जो वैसे तां संपूर्ण बाणी श्री गुरु ग्रंथ साहिब दी जो अर्ज कीती है जिस पिछले दिन च आपां चल रहे हां वी सहज पाठ रख के रोज़ समझो पर कम से कम सब तो पहला ये 40 पौड़ियां जरूर समझिए क्योंकि सीधे रूप विच सिख दे जीवन दे हर पहलू नूं गुरु अमरदास पातशाह जी ने बड़े सोहणे ढंग नाल उजागर करके साडी झोली पाया है ताकि सिख मनमुख हो के किते ऐसा ना होवे अधवाटे रह जाए।
ਤੇ ਗੁਰੂ ਇਹੋ ਗੱਲ ਬਾਣੀ ਵਿੱਚ ਕਹਿੰਦੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਉਸ ਸੱਚੀ ਬਾਣੀ ਪ੍ਰਤੀ ਮਨ ਵਿੱਚ ਕੋਈ ਭੁਲੇਖਾ ਨਾ ਰਹੇ ਭਰਮ ਨਾ ਰਹੇ ਇਸ ਦਾ ਫੈਸਲਾ ਅਸੀਂ ਗੁਰੂ ਕੋਲੋਂ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲੋਂ ਹੀ ਇਸੇ ਆਨੰਦ ਸਾਹਿਬ ਦੀਆਂ ਅਗਲੀਆਂ ਪੌੜੀਆਂ ਵਿੱਚ ਲੈਣਾ ਕਿ ਸੱਚੀ ਬਾਣੀ ਕਿਹੜੀ ਹੈ ਕੱਚੀ ਬਾਣੀ ਕਿਹੜੀ ਹੈ ਸਿੱਖ ਨੇ ਅਧਵਾਟੇ ਨਾਲ ਰਹੇ ਇਸ ਲਈ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਕੀ ਕੀ ਕੁਝ ਕਰਨਾ ਕਿਸ ਕਿਸ ਚੀਜ਼ ਨੂੰ ਜਾਣਨਾ ਅਤੇ ਮੰਨਣਾ ਇਹ ਸਭ ਕੁਝ ਇਸ ਆਨੰਦ ਸਾਹਿਬ ਦੀਆਂ 40 ਪੌੜੀਆਂ ਵਿੱਚ ਮੌਜੂਦ ਹੈ ਜੁੜਨਾ ਅਸੀਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੈ ਬਾਣੀ ਦਾ ਹਰ ਹਿੱਸਾ ਸਾਡੇ ਜੀਵਨ ਲਈ ਅੰਮ੍ਰਿਤ ਹੈ ਪਰ ਜਿਉਂ ਜਿਉਂ ਅਸੀਂ ਇੱਕ ਇੱਕ ਸਬਕ ਨੂੰ ਵੀ ਯਾਦ ਕਰਦੇ ਜਾਵਾਂਗੇ ਆਸਾਨੀ ਹੋ ਜਾਏਗੀ ਲੋ ਇੱਕ ਫੈਸਲਾ ਕਰਕੇ ਤੁਰਪੋ ਅਸੀਂ ਆਨੰਦ ਸਾਹਿਬ ਨੂੰ ਚੰਗੀ ਤਰ੍ਹਾਂ ਸਮਝਣਾ ਸੰਪੂਰਨ ਆਨੰਦ ਸਾਹਿਬ ਨੂੰ ਸਾਨੂੰ ਪਤਾ ਲੱਗ ਜਾਏਗਾ ਕਿ ਜੀਵਨ ਦੀਆਂ ਬੜੀਆਂ ਵੱਡੀਆਂ ਰਮਜ਼ਾਂ ਜੀਵਨ ਦੇ ਬੜੇ ਵੱਡੇ ਰਾਜ਼ ਸਾਡੇ ਸਾਹਮਣੇ ਖੁੱਲ੍ਹ ਜਾਣਗੇ ਇਹਨਾਂ ਸ਼ਬਦਾਂ ਨਾਲ ਕਿ ਮਾਤਾ ਜੀ ਆਸ਼ਿਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ